ਤੈਨੂੰ ਆਖਿਆ ਨਾ, ਜਮਾਂ ਟੈਨਸ਼ਨ ਵਾਲਾ, ਜਮਾਂ ਸੇਫ ਹੈ ਜਗ੍ਹਾ ਇਹ। ਹਰ ਮੇਰੀ ਗੱਲ ਸੁਣ, ਤੂੰ ਨਾ ਅੱਜ ਮੈਨੂੰ ਬਹੁਤ ਸੋਹਣੀ ਲੱਗੀ ਜਾਂਦੀ। ਅੱਛਾ, ਪਹਿਲਾਂ ਸੋਹਣੀ ਨਹੀਂ ਲੱਗਦੀ ਸੀ? ਉਹ ਯਾਰ ਪਹਿਲਾਂ ਵੀ ਸੋਹਣੀ ਲੱਗਦੀ ਸੀ, ਅੱਜ ਨਾ ਗੱਲ ਹੋਰ ਹੈ। ਮੇਰੀ ਗੱਲ ਸੁਣ, ਅੰਦਰ ਚੱਲੀਏ ਕੋਠੀ। ਅੰਦਰ ਜਾ ਕੇ ਕੀ ਕਰਨਾ? ਕਰਦੇ ਕੀ ਹੁੰਦੇ ਨੇ, ਪਿਆਰ ਕਰ ਲਾਂਗੇ, ਹੋਰ ਕੀ ਕਰਨਾ ਹੈ। ਨਹੀਂ ਸੈਂਡੀ, ਜੋ ਤੂੰ ਸੋਚਦਾ ਮੈਂ ਉਹੋ ਜਿਹਾ ਕੁਛ ਨਹੀਂ ਕਰਨਾ। ਉਹ ਯਾਰ ਕਰਨ ਨੂੰ ਕੀ ਹੈ, ਪਿਆਰ ਦੇ ਵਿੱਚ ਸਭ ਕੁਝ ਜਾਇਜ਼ ਹੁੰਦਾ ਹੈਗਾ। ਪਰ ਯਾਰ ਮੇਰੀ ਗੱਲ ਸੁਣ, ਨਾਲੇ ਆਪਾਂ ਨੇ ਥੋੜ੍ਹੇ ਟਾਈਮ ਤੱਕ ਵਿਆਹ ਤਾਂ ਕਰਾ ਲੈਣਾ, ਮੈਂ ਕਿਹੜਾ ਤੇਰੇ ਨਾਲ ਟਾਈਮ ਪਾਸ ਕਰਦਾ ਅੱਜ ਚੱਲ। ਪਰ ਉਹ ਕੀ ਹੈ ਯਾਰ, ਯਾਰ ਉਹ ਕੁਛ ਨਹੀਂ ਹੋਣ ਲੱਗਿਆ ਹੋਇਆ ਸੈਂਡੀ, ਮੈਨੂੰ ਕੁਛ ਸਹੀ ਜਿਹਾ ਨਹੀਂ ਲੱਗਦਾ। ਸਹੀ ਨੂੰ ਇਹਦੇ ਵਿੱਚ ਕੀ ਹੈ, ਤੂੰ ਚੱਲ ਯਾਰ। ਮੰਮੀ! ਹਾਂ ਪੁੱਤ? ਜਲਦੀ ਰੋਟੀ ਲਿਆਓ, ਮੈਂ ਲੇਟ ਹੋਈ ਜਾਂਦੀ ਹਾਂ। ਅੱਛਾ, ਲੈ ਕੇ ਆਉਂਦੀ ਹਾਂ। ਜਲਦੀ ਲਿਆਓ ਮੰਮੀ। ਲੈ ਪੁੱਤ, ਤੂੰ ਅੱਜ ਇੰਨੀ ਕਾਹਲੀ ਕਿਉਂ ਕਰੀ ਜਾਂਦੀ ਆ? ਉਹ ਜਾਨੂ ਭੈਣੀ ਵਾਲੇ ਦੀ ਨਾ ਮੂਵੀ ਸ਼ੂਟ ਹੋਣੀ ਆ, ਕੀ ਪਤਾ ਮੈਨੂੰ ਰੋਲ ਹੀ ਮਿਲ ਜੇ ਕੋਈ। ਠੀਕ ਆ ਪੁੱਤ। ਹਾਂਜੀ, ਚੱਲ ਮੈਂ ਪਾਣੀ ਲੈ ਕੇ ਆਉਂਦੀ ਹਾਂ। ਹਾਂਜੀ ਮੰਮੀ, ਲਿਆਓ। ਨਾ ਪੁੱਤ, ਲੜਿਆ ਨਾ ਕਰ, ਤੇਰਾ ਬਚਪਨ ਦਾ ਦੋਸਤ ਆ, ਉਦੋਂ ਤਾਂ ਤੂੰ ਕਹਿੰਦੀ ਹੁੰਦੀ ਸੀ ਕਿ ਮੇਰੇ ਨਾਲ ਰੋਟੀ ਖਾ, ਤੂੰ ਲੜ ਲੜ ਕੇ ਖਵਾਉਂਦੀ ਸੀ। ਲੜਦੀ ਨੀ ਹੈਗੀ ਮੰਮੀ, ਇਹ ਮੇਰੇ ਨਾਲ ਨਹੀਂ ਕਰਦਾ ਗਾ। ਚੱਲ ਤੂੰ ਖਾ ਲਾ ਪੁੱਤ। ਹੋਰ ਅੰਕਲ ਜੀ ਕਿਵੇਂ? ਆਂਟੀ ਠੀਕ ਨੇ ਪੁੱਤ, ਵਧੀਆ। ਤੁਸੀਂ ਵੀ ਠੀਕ ਹੋ? ਹਾਂ ਠੀਕ ਹੈ, ਵਧੀਆ। ਚੱਲ ਐ ਕਰੋ, ਚਾਹ ਦੇ ਘੁੱਟੋ, ਨਾ ਚਾਹ ਪੀ ਕੇ ਜਾਊਂਗਾ। ਚੱਲ ਠੀਕ ਹੈ ਪੁੱਤ, ਮੈਂ ਚਾਹ ਪੀ ਕੇ। ਹੋਰ ਹੈਲੋ, ਕਿੱਥੇ ਖੜੇ ਬਾਈ? ਆ ਗਿਆ ਆ ਗਿਆ ਆ ਗਿਆ ਆਂਟੀ। ਹਾਂ ਪੁੱਤ, ਚਾਹ ਮੈਂ ਫੇਰ ਬਿਨਾ ਕਿਸੇ ਜਨਾ ਬਣਾ ਚੰਗਾ। ਇੱਕ ਮਿੰਟ ਇੱਕ ਮਿੰਟ, ਮੇਰੇ ਕੋਲ ਫੋਨ ਆ ਗਿਆ ਆਂਟੀ, ਕੋਈ ਫੇਰ ਬਿਨਾ। ਬਾਏ ਬਾਏ। ਹਾਏ, ਕਿੰਨਾ ਸਿਆਣਾ ਮੁੰਡਾ, ਜੇ ਪ੍ਰੀਤ ਦੀ ਤੇ ਇਹਦੀ ਜੋੜੀ ਬਣ ਜਾਵੇ ਕਿੰਨਾ ਚੰਗਾ ਹੋਵੇ, ਹੈ ਨਾ। ਮੈਂ ਤਾਂ ਵਾਹਿਗੁਰੂ ਅੱਗੇ ਇਹੀ ਅਰਦਾਸ ਕਰਦੀ ਹਾਂ ਕਿ ਮਾਲਕਾ ਇਹਨਾਂ ਦੋਹਾਂ ਦੀ ਜੋੜੀ ਬਣਾ ਦੇ। ਚੱਲ ਦੇਖਦੀ ਹਾਂ। ਪਤਾ ਨਹੀਂ ਕੀ ਬਣੂ ਸੰਸਾਰ ਦਾ, ਦਰਿੰਦੇ ਨੇ ਡਾਕਟਰ ਕੁੜੀ ਮਾਰਤੀ। ਪੁੱਛਣ ਵਾਲਾ ਹੋਵੇ ਵੀ ਡਾਕਟਰ ਤਾਂ ਰੱਬ ਦਾ ਰੂਪ ਹੁੰਦੇ ਨੇ, ਉਹ ਤੁਸੀਂ ਰੱਬ ਨੇ ਵੀ ਬਖਸ਼ਿਆ। ਹੋਰ ਕੱਲ ਯੁੱਗ ਆ ਗਿਆ, ਵਾਹਿਗੁਰੂ। ਤੁਸੀਂ ਕੀ ਬੁੜਬੜਾਈ ਜਾਂਦੇ ਹੋ? ਉਹ ਕੀ ਦੱਸਾਂ, ਲੈ ਪਾਣੀ। ਖਬਰ ਨਹੀਂ ਪੜੀ ਡਾਕਟਰ ਕੁੜੀ ਮਾਰਤੀ? ਅੱਛਾ। ਹਾਂ, ਵਿਚਾਰੀ ਨੌਕਰੀ ਕਰਨ ਗਈ ਸੀ ਰਾਤ ਨੂੰ। ਦਰਿੰਦੇ ਨੇ ਬਸ ਕੀ ਤੈਨੂੰ ਦੱਸਾਂ, ਨਾਲ ਤਾਂ ਜ਼ਬਰਦਸਤੀ ਕੀਤੀ, ਜ਼ਬਰਦਸਤੀ ਕਰਕੇ ਕੁੜੀ ਨੂੰ ਮਾਰਤਾ। ਬਹੁਤ ਚਿੰਤਾ ਵੜ ਵੜ ਖਾਂਦੀ ਆ। ਕੋਈ ਨਾ, ਚਿੰਤਾ ਨਾ ਕਰਿਆ ਕਰੋ, ਸਭ ਠੀਕ ਹੋ ਜਾਊਗਾ। ਉਹ ਚਿੰਤਾ ਕਿਉਂ ਨਾ ਕਰਾਂ, ਇੱਕ ਧੀ ਦਾ ਪਿਓ ਆਗਾ, ਫਿਕਰ ਹੁੰਦਾ। ਧੀ ਪੜ੍ਹਨ ਜਾਂਦੀ ਆ ਬਾਹਰੇ? ਉਹ ਤਾਂ ਠੀਕ ਆ, ਮੈਂ ਵੀ ਗੱਲ ਸਮਝਦੀ ਹਾਂ। ਇੱਕ ਤਾਂ ਹੁਣ ਦੇਖ ਲੈ, ਇੱਕ ਤਾਂ ਨਸ਼ੇੜੀਆਂ ਨੇ ਇੰਨਾ ਬੁਰਾ ਹਾਲ ਕਰ ਰੱਖਿਆ ਹੈਗਾ, ਐਂ ਨਹੀਂ ਪਤਾ ਕਿੱਥੇ ਚੋਰੀ ਕਰ ਜਾਣ, ਕੁੜੀਆਂ ਤੋਂ ਮੋਬਾਈਲ ਖੋਹ ਕੇ ਲੈ ਜਾਂਦੇ ਹੈਗੇ, ਐਂ ਨਹੀਂ ਪਤਾ ਕਿਹਨੂੰ ਮਾਰ ਕੁੱਟ ਦੇਣ। ਕਿੰਨੀ ਚਿੰਤਾ ਦੀ ਗੱਲ ਹੈਗੀ, ਸੋਚ ਕੇ ਤੂੰ ਦੇਖ। ਮੈਂ ਤਾਂ ਇਹ ਕਹਿੰਦਾ ਸੀਗਾ ਕੋਈ ਵਧੀਆ ਪਰਿਵਾਰ ਦੇਖ ਕੇ ਕੁੜੀ ਦਾ ਰਿਸ਼ਤਾ ਨਾ ਕਰਦੀ। ਤੁਸੀਂ ਰਹਿਣ ਦਿਓ ਹਜੇ,
ਉਹਦੀ ਪੜ੍ਹਾਈ ਤਾਂ ਪੂਰੀ ਹੋ ਲੈਣ ਦੋ। ਉਹ ਤੂੰ ਸਮਝਦੀ ਨਹੀਂ ਗੱਲ ਨੂੰ, ਜ਼ਮਾਨਾ ਦੇਖ ਲੈ ਕਿੰਨਾ ਭੈੜਾ। ਮੈਨੂੰ ਤਾਂ ਬਹੁਤ ਡਰ ਲੱਗਦਾ ਗਾ, ਮੈਨੂੰ ਇਹ ਹੈ ਵੀ ਕੁੜੀ ਆਪਦੇ ਘਰੇ ਤੋਰਦੀ ਹੈ ਭਾਈ, ਆਪਦੇ ਮੌਜਾਂ ਮਾਰੇ ਘਰੇ। ਉਹ ਚੱਲ ਫਿਰ ਦੇਖਦੇ ਕੋਈ ਮੁੰਡਾ, ਮੈਂ ਕਹਿਣਾ ਆਪਣੇ ਯਾਰ ਦੋਸਤ ਨੂੰ ਕਿਸ ਨੂੰ ਵੀ ਵਧੀਆ ਖਾਨਦਾਨੀ ਮੁੰਡਾ ਲੱਭੋ। ਲੈ ਕਹਿਣਾ ਕਿਹਨੂੰ ਆ, ਉਹ ਭੱਟੀ ਸਾਹਿਬ ਦਾ ਮੁੰਡਾ ਹੈਗਾ ਤਾਂ ਹੈਗਾ ਸੱਤੀ ਆਪਣਾ। ਉਹ ਤੇਰਾ ਭਲਾ ਹੋਵੇ, ਨਾਲੇ ਇੰਨਾ ਸੋਹਣਾ ਕੰਮ ਕਾਰ ਆ, ਇੰਨਾ ਸੋਹਣਾ ਮੁੰਡਾ ਏ, ਘਰੇ ਆਉਣਾ ਜਾਣਾ ਸੋਹਣਾ ਸਮਝਦਾਰ ਆ। ਇਹ ਤਾਂ ਉਹ ਗੱਲ ਹੋਈ ਕੁਛੜ ਕੁੜੀ ਸ਼ਹਿਰ ਢੰਡੋਰਾ। ਹਾਂ ਘਰੇ ਮੁੰਡਾ, ਆਪਾਂ ਬਾਹਰ ਲੱਭਦੇ ਫਿਰਦੇ ਆ, ਨਾਲੇ ਉਹ ਮੇਰੇ ਬਚਪਨ ਦਾ ਦੋਸਤ ਆ, ਉਹਦਾ ਡੈਡੀ ਇੰਨਾ ਵਧੀਆ ਪਰਿਵਾਰ ਹੈ, ਉਹ ਮੁੰਡੇ ਦਾ ਸੁਭਾਅ ਵੀ ਬਹੁਤ ਵਧੀਆ ਹੈਗਾ। ਤੁਸੀਂ ਉਹਨਾਂ ਨਾਲੇ ਗੱਲ ਕਰ ਲਓ, ਨਾਲੇ ਵਧੀਆ ਪ੍ਰਾਪਰਟੀ ਆ। ਬਹੁਤ ਵਧੀਆ ਗੱਲ ਕੀਤੀ, ਨਾਲੇ ਪਤਾ ਕੀ ਆ, ਉਹ ਮੇਰੇ ਦੁੱਖ ਸੁੱਖ ਦਾ ਸਾਂਝੀ ਹੈਗਾ, ਜੇ ਇਹ ਸਾਂਝ ਬਣ ਗਈ ਤਾਂ ਹੋਰ ਇਦੋਂ ਹੀ ਵਧੀਆ ਹੋ ਜਾਣਾ। ਚੱਲ ਹੁਣ ਤਾਂ ਤੁਸੀਂ ਟੈਨਸ਼ਨ ਫ੍ਰੀ ਹੋ ਗਏ? ਮੈਂ ਬਿਲਕੁਲ ਹੋ ਗਿਆ, ਹੁਣ ਮੈਂ ਚਾਹ ਬਣਾ ਕੇ ਲੈ ਕੇ ਆਵਾਂ। ਹਾਂ ਚਾਹ ਬਣਾ ਲਿਆ। ਠੀਕ ਹੈ, ਆਹ ਵਧੀਆ ਕੀਤਾ ਤੇ, ਮੈਂ ਆਪ ਹੀ ਗੱਲ ਕਰ ਲੂੰਗਾ ਉਹਦੇ ਨਾਲ। ਠੀਕ ਹੈ, ਲੈ ਚਲੋ, ਮੇਰੇ ਤਾਂ ਚਿੰਤਾ ਲੱਗ ਗਈ, ਹੁਣ ਉਹਦੇ ਨਾਲ ਗੱਲ ਕਰ ਲੂੰ ਬਾਈ ਨਾਲ, ਨਾਲੇ ਸਾਡੀ ਦੋਸਤੀ ਰਿਸ਼ਤੇਦਾਰੀ ਵਿੱਚ ਬਦਲ ਜੂ। ਆਹ ਤਾਂ ਚਲੋ ਬਹੁਤ ਸੋਹਣਾ ਹੋਇਆ, ਕਰਦਾ ਬਾਈ ਨਾਲ ਗੱਲ ਜਾ ਕੇ। ਸ਼ੁਕਰ ਵਾਹਿਗੁਰੂ। ਆ ਗਿਆ ਮੇਰਾ ਪੁੱਤ? ਹਾਂਜੀ ਮੰਮੀ ਆ ਗਈ। ਅੱਛਾ ਕਿਵੇਂ ਰਿਹਾ ਤੇਰਾ ਅੱਜ ਦਾ ਦਿਨ? ਬਸ ਠੀਕ ਸੀ। ਕਿਉਂ ਮਿਲਿਆ ਨਹੀਂ ਕੋਈ ਸੀਨ? ਨਹੀਂ ਮੰਮੀ, ਕਿੱਥੇ, ਉਹਨਾਂ ਦੀ ਆਪਦੀ ਟੀਮ ਹੁੰਦੀ ਆ, ਪਰ ਸਟੋਰੀ ਬਹੁਤ ਸਿਰਾ ਸੀ, ਦੇਖਣ 'ਚ ਇੰਨਾ ਮਜ਼ਾ ਆਇਆ। ਅੱਛਾ ਚੱਲ ਠੀਕ ਆ ਪੁੱਤ, ਮੈਂ ਰੋਟੀ ਲੈ ਕੇ ਆਉਂਦੀ ਹਾਂ। ਹਾਂਜੀ ਮੰਮੀ, ਤੁਸੀਂ ਮੇਰੀ ਰੋਟੀ ਲਿਆਓ ਅਤੇ ਮੇਰੀ ਗੱਲ ਸੁਣੋ। ਮੈਂ ਮੇਰੀਆਂ ਫਰੈਂਡਾਂ ਨਾਲ ਬਾਹਰ ਜਾਣਾ ਗਾ, ਉਹਨਾਂ ਨੇ ਕੋਈ ਪਾਰਟੀ ਪਲੈਨ ਨਹੀਂ ਕੀਤੀ ਹੋਈ ਆ। ਪੁੱਤ ਤੂੰ ਧਿਆਨ ਰੱਖਿਆ ਕਰ ਆਪਣਾ, ਸਮਾਂ ਬਹੁਤ ਖਰਾਬ ਆ। ਕੋਈ ਨਾ ਮੰਮੀ, ਤੁਸੀਂ ਟੈਨਸ਼ਨ ਨਾ ਲਓ। ਚੱਲ ਠੀਕ ਆ ਪੁੱਤ, ਜਿਵੇਂ ਤੇਰੀ ਮਰਜ਼ੀ। ਹਾਂਜੀ ਮੰਮੀ। ਓਏ ਪੁੱਤ। ਹਾਂਜੀ ਪਾਪਾ। ਤਿਆਰ ਹੋ ਕੇ ਕਿੱਥੇ ਚੱਲੇ ਆ? ਉਹ ਮੈਂ ਸਹੇਲੀਆਂ ਕੋਲ ਚੱਲੀ ਆ, ਉਹਨਾਂ ਨੇ ਨਾ ਕੋਈ ਪਾਰਟਿੰਗ ਪਲੈਨਿੰਗ ਕੀਤੀ ਹੋਈ ਆ। ਓ ਪੁੱਤ ਧਿਆਨ ਰੱਖਿਓ, ਤੈਨੂੰ ਪਤਾ ਦੇਸ਼ ਵਿੱਚ ਕੀ ਹੋ ਰਿਹਾ ਹੈਗਾ। ਕਿਉਂ ਪਾਪਾ? ਪੁੱਤ ਬਹੁਤ ਮਾੜਾ ਸਮਾਂ ਚੱਲ ਰਿਹਾ, ਇੱਥੇ ਕੋਈ ਸੁਣਵਾਈ ਨਹੀਂ ਕਿਸੇ ਦੀ, ਮੇਰਾ ਤਾਂ ਜੀ ਨਹੀਂ ਕਰਦਾ ਤੈਨੂੰ ਤੋਰਨ ਨੂੰ, ਪਰ ਜੇ ਤੂੰ ਹੁਣ ਜਾ ਰਹੀ ਆ ਤਾਂ ਧਿਆਨ ਰੱਖੀ ਪੂਰਾ ਆਪਣਾ। ਕੋਈ ਨਾ ਪਾਪਾ, ਟੈਨਸ਼ਨ ਨਹੀਂ ਲਈਦੀ ਹੁੰਦੀ, ਤੁਸੀਂ ਐਵੇਂ ਕਰਦੇ ਰਹਿੰਦੇ ਹੋ। ਠੀਕ ਆ ਪੁੱਤ, ਚਲੋ ਫਿਰ ਧਿਆਨ ਰੱਖਿਓ, ਚੰਗਾ? ਠੀਕ ਆ, ਜਾਓ। ਓਕੇ ਬਾਏ ਪਾਪਾ। ਬਾਏ ਬਾਏ। ਕੀ ਕਰੀਏ, ਕੁੜੀਆਂ ਨੂੰ ਬਾਹਰ ਭੇਜਣ ਨੂੰ ਮਨ ਤਾਂ ਕਰਦਾ ਨਹੀਂ, ਪਰ ਹੁਣ ਬੱਚਿਆਂ ਮੂਹਰੇ ਝੁਕਣਾ ਹੀ ਪੈਂਦਾ। ਹੇ ਰੀਤ। WhatsApp? ਕੁਛ ਨਹੀਂ, ਕਾਲ ਤੇ ਚੱਲੀ ਆ ਯਾਰ। ਕਾਲ ਚੱਲੀ ਆ? ਆਂਟੀ ਅੰਕਲ ਕਿੱਥੇ ਨੇ? ਉਹ ਰਿਸ਼ਤੇਦਾਰੀ ਚ ਗਏ ਆ। ਰਿਸ਼ਤੇਦਾਰੀ ਚ ਗਏ? ਲੈ ਮੈਂ ਅੱਜ ਮੌਕਾ, ਇਹਨੂੰ ਆਪਣੇ ਦਿਲ ਦੀ ਗੱਲ ਕਹਿ ਦਿੰਦੇ। ਅੱਛਾ ਪ੍ਰੀਤ, ਗੱਲ ਸੁਣੋ। ਜਲਦੀ ਬੋਲ ਜਲਦੀ। ਮੈਂ ਨਾ ਤੈਨੂੰ ਇੱਕ ਜ਼ਰੂਰੀ ਗੱਲ ਕਰਨੀ ਆ। 20 ਘੰਟਾ ਤੇਰੇ ਕੋਲ? ਉਹ ਯਾਰ ਉਹ ਗੱਲ 20 ਘੰਟੇ ਚ ਪੂਰੀ ਹੋਣ ਵਾਲੀ ਨਹੀਂ ਹੈਗੀ ਯਾਰ। 15? ਉਹ ਯਾਰ ਗੱਲ ਤਾਂ ਸੁਣ ਯਾਰ। 5? ਅੱਛਾ ਯਾਰ ਮੈਂ ਨਾ ਤੈਨੂੰ ਜਲਦੀ ਚੱਲ, ਮੈਂ ਲੋਕ ਲਾਉਣਾ ਕਰ ਕੋਈ ਨਹੀਂ। ਸੁਣ ਮੈਂ ਨਾ ਤੈਨੂੰ ਯਾਰ, ਚੱਲ ਚੱਲ ਫੇਰ ਕਰਾਂਗੇ ਗੱਲ। ਕਾਲੀ ਕਾਲੀ ਚ ਰਹਿਣੀ ਆ ਯਾਰ। ਉਹ ਯਾਰ ਗੱਲ ਤਾਂ ਸੁਣ ਯਾਰ ਮੇਰੀ। ਗੱਲ ਗੁਲ ਫੇਰ ਸੁਣਾ, ਗੇਟ ਲਾ ਤੂੰ। ਲਾ ਗੇਟ। ਉਹ ਗੇਟ ਤਾਂ ਲਾ, ਮੈਂ ਗੱਲ ਤਾਂ ਸੁਣਦਾ ਜਿਹੜੀ ਮੈਂ ਗੱਲ ਕਰਨੀ ਇਸ ਤੇ ਨਾਲੇ ਕੋਈ। ਚੱਲ ਠੀਕ ਹੈ, ਓਕੇ ਬਾਏ, ਮੈਂ ਕਾਲ ਚੱਲੀ।
ਕੋਈ ਨਾ ਯਾਰ, ਇੱਕ ਨਾ ਇੱਕ ਦਿਨ ਤੈਨੂੰ ਆਪਣੇ ਦਿਲ ਦੀ ਗੱਲ ਕਹਿ ਕੇ ਹਿਲਦੀ। ਇੱਕ ਮਿੰਟ ਗੱਲ ਸੁਣੀ। ਹਾਂਜੀ। ਇੱਕ ਗੱਲ ਦੱਸੋ, ਤੁਹਾਡੀ ਮੰਮੀ ਬੰਬਾਂ ਦੀ ਫੈਕਟਰੀ ਹੈ? ਕਿਉਂ, ਤੁਹਾਨੂੰ ਕਿਹਨੇ ਕਿਹਾ? ਅੱਜ ਜਿਹੜਾ ਤੁਹਾਡੇ ਵਰਗੀ ਬੰਬ ਨਹੀਂ ਜਾਣ ਦਿੱਤਾ। ਜੇ ਯਾਰ ਆਹ ਕੋਈ ਨਾ ਗੱਲ ਹੋ ਜਾਏ ਨਾ ਤਾਂ ਨਜ਼ਾਰਾ ਆ ਜੇ, ਜ਼ਿੰਦਗੀ ਬਣ ਜੂ। ਚਲੋ ਦੇਖਦੇ ਹਾਂ ਟਰਾਈ ਕਰਕੇ। ਪਤਾ ਨਹੀਂ ਕੌਣ ਸੀ ਪਰ ਮੁੰਡਾ ਸਵੀਟ ਸੀ। ਗੱਲ ਦੱਸੋ, ਤੁਹਾਡੀ ਮੰਮੀ ਬੰਬਾਂ ਦੀ ਫੈਕਟਰੀ ਹੈ? ਅੱਜ ਜਿਹੜਾ ਤੁਹਾਡੇ ਵਰਗੀ ਬੰਬ ਨਹੀਂ ਜਾਣ ਦਿੱਤਾ। ਕਿਤੇ ਮੈਨੂੰ ਉਹਦੇ ਨਾਲ ਪਿਆਰ ਤਾਂ ਨਹੀਂ ਹੋ ਗਿਆ? ਨਾ ਬਾਬਾ ਨਾ। ਪੂਰਾ ਹਫ਼ਤਾ ਹੋ ਗਿਆ, ਹਰ ਰੋਜ਼ ਨਾ ਤਿਆਰ ਹੋ ਕੇ ਤੇਰੇ ਰਾਹ 'ਚ ਖੜ ਜਾਣਾ ਤੈਨੂੰ ਦੇਖਣ ਲਈ, ਪਰ ਤੂੰ ਕਿੱਥੇ ਰਹਿ ਗਈ ਸੀ, ਆਈ ਨਹੀਂ ਯਾਰ ਇੰਨੇ ਦਿਨਾਂ ਦੀ। ਸੌਰੀ ਯਾਰ, ਮੇਰੀ ਮਾਸੀ ਦੀ ਕੁੜੀ ਦਾ ਵਿਆਹ ਸੀ, ਮੈਂ ਉੱਥੇ ਜਾ ਵੜੀ ਸੀ। ਤੈਨੂੰ ਇੱਕ ਗੱਲ ਕਹਾਂ? ਕਹੋ ਜੀ। ਮੈਂ ਜਿੱਦੇ ਦਾ ਤੈਨੂੰ ਦੇਖਿਆ ਨਾ, ਮੈਨੂੰ ਤੇਰੇ ਨਾਲ ਪਿਆਰ ਹੋ ਗਿਆ। ਆਈ ਲਵ ਯੂ। ਆਈ ਲਵ ਯੂ ਟੂ ਜੀ। ਸੱਚੀ ਯਾਰ, ਮੈਨੂੰ ਤਾਂ ਆਪਣਾ ਤੇਰੇ ਨਾਲ ਬਹੁਤ ਪਿਆਰ ਹੋ ਰਿਹਾ। ਬਸ ਦਿਲ ਕਰਦਾ ਤੈਨੂੰ ਦੇਖਦਾ ਰਹਾਂ ਅਤੇ ਤੇਰੇ ਨਾਲ ਗੱਲਾਂ ਕਰਦਾ ਰਹਾਂ। ਇੱਦਾਂ ਕਰੋ, ਆ ਲਓ ਜੀ ਫੋਨ, ਆਪਾਂ ਨੰਬਰ ਭਰਦੇ ਜੀ। ਲਓ, ਮੈਂ ਆਪਦਾ ਨੰਬਰ ਭਰਤਾ, ਤੁਸੀਂ ਸੇਵ ਕਰ ਲਓ। ਠੀਕ ਹੈ ਜੀ, ਹੁਣ ਮੈਂ ਤੁਹਾਨੂੰ ਕਾਲ ਕਰਦਾ। ਹਾਂਜੀ, ਚਲੋ ਠੀਕ ਆ, ਮੈਂ ਲੇਟ ਹੋਈ ਜਾਂਦੀ ਹਾਂ, ਫਿਰ ਮਿਲਦੇ ਹਾਂ। ਓਕੇ, ਬਾਏ ਬਾਏ। ਲੈ ਵੀ ਨੰਬਰ ਤਾਂ ਦੇ ਗਈ, ਹੁਣ ਤਾਂ ਮੱਛੀ ਫਸ ਗਈ ਜਾਲ 'ਚ, ਹੁਣ ਆਊ ਨਹੀਂ ਯਾਰ। ਚਵਾਂ ਟੈਨਸ਼ਨ ਨਾ ਲੈ, ਜਮਾਂ ਸੇਫ ਹੈ ਜਗ੍ਹਾ ਇਹ। ਨਾਲ ਮੇਰੀ ਗੱਲ ਸੁਣ, ਤੂੰ ਹੁਣ ਅੱਜ ਮੈਨੂੰ
ਬਹੁਤ ਸੋਹਣੀ ਲੱਗੀ ਜਾਂਦੀ ਆ। ਅੱਛਾ ਪਹਿਲਾਂ ਸੋਹਣੀ ਨਹੀਂ ਲੱਗਦੀ ਸੀ? ਉਹ ਯਾਰ ਪਹਿਲਾਂ ਵੀ ਸੋਹਣੀ ਲੱਗਦੀ ਸੀ, ਅੱਜ ਨਾ ਗੱਲ ਹੋਰ ਹੈ। ਮੇਰੀ ਗੱਲ ਸੁਣ, ਅੰਦਰ ਚੱਲੀਏ ਕੋਠੇ ਦੇ। ਅੰਦਰ ਜਾ ਕੇ ਕੀ ਕਰਨਾ? ਕਰਦੇ ਕੀ ਹੁੰਦੇ ਨੇ, ਤਿਆਰ ਕਰ ਲਾਂਗੇ, ਹੋਰ ਕੀ ਕਰਨਾ ਹੈਗਾ। ਨਹੀਂ ਸੈਂਡੀ, ਜੋ ਤੂੰ ਸੋਚਦਾ ਮੈਂ ਉਹੋ ਜਿਹਾ ਕੁਛ ਨਹੀਂ ਕਰਨਾ। ਉਹ ਯਾਰ ਕਰਨ ਨੂੰ ਕੀ ਹੈ, ਪਿਆਰ ਦੇ ਵਿੱਚ ਸਭ ਕੁਝ ਜਾਇਜ਼ ਹੁੰਦਾ ਹੈਗਾ। ਪਰ ਯਾਰ ਮੇਰੀ ਗੱਲ ਸੁਣ, ਨਾਲੇ ਆਪਾਂ ਨੇ ਥੋੜ੍ਹੇ ਟਾਈਮ ਤੱਕ ਵਿਆਹ ਤਾਂ ਕਰਾ ਲੈਣਾ, ਮੈਂ ਕਿਹੜਾ ਤੇਰੇ ਨਾਲ ਟਾਈਮ ਪਾਸ ਕਰਦਾ। ਅੱਛਾ ਚੱਲੀ। ਪਰ ਉਹ ਕੀ ਹੈ ਯਾਰ, ਯਾਰ ਉਹ ਕੁਛ ਨਹੀਂ ਹੋਣ ਲੱਗਿਆ ਹਜੇ। ਸੈਂਡੀ ਮੈਨੂੰ ਤਾਂ ਸਹੀ ਜਾ ਨਹੀਂ ਲੱਗਦਾ। ਸਹੀ ਨੂੰ ਇਹਦੇ ਵਿੱਚ ਕੀ ਹੈ, ਤੂੰ ਚੱਲ ਜਾ। ਸੈਂਡੀ ਆਪਾਂ ਕੁਛ ਗਲਤ ਤਾਂ ਨਹੀਂ ਕੀਤਾ ਯਾਰ? ਜੇ ਮੇਰੇ ਘਰਦਿਆਂ ਨੂੰ ਪਤਾ ਲੱਗ ਗਿਆ ਉਹ ਮੈਨੂੰ ਜਿਉਂਦੇ ਜੀ ਮਾਰ ਦੇਣਗੇ। ਉਹ ਯਾਰ ਇਹਦੇ ਵਿੱਚ ਆਪਾਂ ਨੇ ਕੀ ਗਲਤ ਕਰਤਾ, ਤੈਨੂੰ ਆਖਿਆ ਜਾਏਗਾ ਬਹੁਤ ਛੇਤੀ ਹੁਣ ਆਪਾਂ ਵਿਆਹ ਕਰਾ ਲਾਂਗੇ। ਯਾਰ ਮੈਨੂੰ ਡਰ ਲੱਗੀ ਜਾਂਦਾ, ਤੂੰ ਮੇਰਾ ਸਾਥ ਤਾਂ ਨਹੀਂ ਛੱਡਦਾ? ਯਾਰ ਕਿਹਾ ਤਾਂ ਹੈਗਾ ਸਾਥ ਨਹੀਂ ਛੱਡਦਾ, ਫਿਰ ਡਰੀ ਕਿਉਂ ਜਾਂਦੀ ਆ? ਯਾਰ ਮੇਰੇ ਘਰਦੇ ਮੈਨੂੰ ਜਿਉਂਦੇ ਜੀ ਮਾਰ ਦੇਣਗੇ। ਜਿਉਂਦੇ ਜੀ ਤਾਂ ਮਾਰਨਗੇ ਜੇ ਤੈਨੂੰ ਮੈਂ ਛੱਡੂਗਾ, ਐਵੇਂ ਬਾਹਲਾ ਨਾ ਟੈਨਸ਼ਨ ਲੈ, ਆਪਾਂ ਛੇਤੀ ਵਿਆਹ ਕਰਾਵਾਂਗੇ, ਆ ਚੱਲੀ। ਬੈਠ ਨੀ ਇੱਥੇ, ਆ ਕਿੱਥੋਂ ਖੇਡ ਆ ਕੇ ਆਈ ਆ, ਤੈਨੂੰ ਸ਼ਰਮ ਨੀ ਆਉਂਦੀ? ਭੋਰਾ ਮੂੰਹ ਕਾਲਾ ਕਰਨ ਤੋਂ ਪਹਿਲਾਂ ਕੁਝ ਸੋਚ ਲੈਂਦੀ, ਉਹ ਤੇਰੇ ਪਿਓ ਨੂੰ ਦੇਖ ਕੀ ਕਹਿਣਗੇ ਲੋਕ। ਬੇਅਕਲੀ ਨਾ ਹੋਵੇ ਤਾਂ ਆ ਜਾਂਦਾ ਤੇਰੇ ਪਿਓ ਨੂੰ, ਦੱਸਦੀ ਆ ਉਹਨੂੰ ਤੇਰੀਆਂ ਕਰਤੂਤਾਂ। ਮੰਮੀ ਮੇਰੇ ਤੋਂ ਗਲਤੀ ਹੋ ਗਈ। ਕੀ ਗਲਤੀ ਹੋ ਗਈ, ਮਾਰੂਗਾ ਤਾਂ ਥਪੜਾ ਤੇਰੇ। ਗਲਤੀ ਹੋ ਗਈ, ਹਜੇ ਛੋਟੀ ਮੋਟੀ ਗਲਤੀ ਹੈ ਤੇਰੀ, ਆਉਂਦਾ ਤੇਰਾ ਪੇ ਹੋ ਗਿਆ। ਕੀ ਹੋ ਗਿਆ ਪੁੱਤ, ਕਿਉਂ ਝੜਕੀ ਜਾਂਦੀ ਤੈਨੂੰ? ਹਾਂ ਦੱਸ, ਚੁੱਪ ਕਰ। ਕੀ ਦੱਸਾਂ ਜੀ ਤੁਹਾਨੂੰ, ਆ ਪਤਾ ਨਹੀਂ ਕਿਹਦਾ ਬਾਪ ਲਈ ਫਿਰਦੀ ਆ ਇਹ ਢਿੱਡ ਦੇ ਵਿੱਚ। ਹਾਏ ਮੇਰੇ ਰੱਬਾ, ਆ ਕੀ ਸੁਣ ਰਿਹਾ ਮੈਂ? ਮੈਂ ਸੁਣਨ ਤੋਂ ਪਹਿਲਾਂ ਮਰ ਕੇ ਉਹਨਾਂ ਗਿਆ ਓਏ, ਮੈਂ ਲੋਕਾਂ ਨੂੰ ਕੀ ਮੂੰਹ ਦਿਖਾਉਂਗਾ? ਤੂੰ ਜੰਮਦੀ ਕਿਉਂ ਨਾ ਮਰ ਗਈ, ਜੇ ਪਤਾ ਹੁੰਦਾ ਤੇਰਾ ਜੰਮਦੀ ਦਾ ਗਲਾ ਘੋੜ ਦਿੰਦਾ ਮੈਂ। ਬਸ ਕਰੋ ਜੀ, ਹੁਣ ਇਹ ਸੋਚਣ ਦਾ ਟਾਈਮ ਨਹੀਂ, ਚਲੋ ਆਪਾਂ ਇਹਦਾ ਵਾਸ਼ਰੂਮ ਕਰਾ ਕੇ ਲੈ ਗਏ, ਚੱਲੇ ਉੱਠ ਖੜੀਓ। ਮੰਮੀ ਛੱਡੋ ਮੈਨੂੰ, ਮੈਂ ਨਹੀਂ ਆਣਾ ਕਿਤੇ, ਇਹ ਮੇਰਾ ਬੱਚਾ, ਮੈਂ ਉਹਨੂੰ ਜਨਮ ਦੇਊਂਗੀ। ਸੈਂਡੀ ਮੈਨੂੰ ਬਹੁਤ ਪਿਆਰ ਕਰਦਾ, ਉਹ ਮੇਰੇ ਨਾਲ ਵਿਆਹ ਕਰਾਊਗਾ। ਅੱਛਾ, ਉਹ ਤੇਰੇ ਨਾਲ ਵਿਆਹ ਕਰਵਾਊਗਾ? ਹਾਂਜੀ ਡੈਡੀ। ਚੱਲ ਮੈਨੂੰ ਹੁਣੇ ਉਹਦੇ ਘਰੇ ਲੈ ਕੇ ਚੱਲ। ਉਹ ਆ ਗਿਆ ਕਿਹੜਾ? ਆ ਗਿਆ ਗਿਆ। ਪ੍ਰੀਤ ਤੂੰ ਤੂੰ ਇੱਥੇ ਕਿਵੇਂ? ਸੈਂਡੀ ਮੈਂ ਨਾ ਤੈਨੂੰ ਕਿਸੇ ਨਾਲ ਮਿਲਾਉਣਾ। ਮਿਲਾਉਣਾ ਕਿਸੇ ਨਾਲ? ਕਿਹਦੇ ਨਾਲ? ਆਜੋ ਅੰਦਰ। ਪ੍ਰੀਤ ਇਹ ਕੌਣ ਨੇ? ਸੈਂਡੀ ਇਹ ਮੇਰੇ ਮੰਮੀ ਪਾਪਾ ਗਏ। ਮੰਮੀ ਪਾਪਾ? ਫਿਰ ਇਹਨਾਂ ਨੂੰ ਇੱਥੇ ਕਿਉਂ ਲੈ ਕੇ ਆਈਆਂ? ਸੈਂਡੀ ਮੈਂ ਤੇਰੇ ਬੱਚੇ ਦੀ ਮਾਂ ਬਣਨ ਵਾਲੀ ਹਾਂ। ਉਹ ਇਹ ਕੀ ਕਹਿ ਰਹੀ ਆ, ਬੱਚੇ ਦੀ ਮਾਂ ਬਣਨ ਵਾਲੀ ਆ? ਪਤਾ ਨਹੀਂ ਕੀ ਬੋਲੀ ਜਾਂਦੀ ਆ। ਹਾਂ ਸੈਂਡੀ
ਮੈਂ ਤੇਰੇ ਬੱਚੇ ਦੀ ਮਾਂ ਬਣਨ ਵਾਲੀ ਹਾਂ ਤੇ ਮੰਮੀ ਜੀ ਚਾਹੁੰਦੇ ਆ ਮੈਂ ਇਹ ਬੱਚੇ ਨੂੰ ਗਿਰਾ ਦਾਂ। ਤੂੰ ਇਹਨਾਂ ਨੂੰ ਸਮਝਾ ਨਾ, ਆਪਾਂ ਇਹ ਬੱਚੇ ਨੂੰ ਜਨਮ ਦਿਆਂਗੇ, ਪਾਲਾਂਗੇ, ਪੋਸਾਂਗੇ, ਪੜ੍ਹਾਵਾਂਗੇ, ਲਿਖਾਵਾਂਗੇ ਇਹਨੂੰ ਤੇ ਆਪਾਂ ਵਿਆਹ ਕਰਾ ਲਾਂਗੇ। ਉਹ ਤੇਰਾ ਦਿਮਾਗ ਠੀਕ ਹੈ, ਵਿਆਹ ਕਰਾਵਾਂਗੇ, ਨਾਲੇ ਜੇ ਮੈਂ ਐਂ ਵਿਆਹ ਕਰਾਉਣ ਲੱਗ ਗਿਆ ਨਾ ਫਿਰ ਪਤਾ ਨਹੀਂ ਕਿੰਨੇ ਕੁ ਜਵਾਕ ਹੋਣਗੇ ਮੇਰੇ। ਆ ਤੇਰੇ ਮਾਂ ਬਾਪਾ ਠੀਕ ਹੀ ਕਹਿੰਦੇ ਨੇ, ਗਿਰਾ ਦੇ ਇਹਨਾਂ ਨੂੰ, ਇਹਨਾਂ ਦੀ ਗੱਲ ਮੰਨ, ਮੈਂ ਨਹੀਂ ਤੇਰੇ ਨਾਲ ਵਿਆਹ ਵਿਆਹ ਕਰਾ ਸਕਦਾ। ਇੰਨਾ ਧੋਖਾ ਓਏ, ਇੰਨਾ ਮੇਰੀ ਕੁੜੀ ਨਾਲ ਕਰਕੇ ਕੁਛ ਛੱਡ ਕਰਦਾ ਹੋਵੇਗਾ। ਜਵਾਬ ਦਿੰਦਾ, ਗੱਲ ਸੁਣ ਲੈ, ਮੈਂ ਇਹਦੇ ਨਾਲ ਧੋਖਾ ਨਹੀਂ ਕੀਤਾ, ਇਹ ਆਪਣੇ ਆਪ ਆਈ ਦੀ ਮੇਰੇ ਕੋਲੇ। ਚੱਲ ਲੈ ਜਾਓ, ਚੱਲ ਸੈਂਡੀ, ਮੇਰੀ ਗੱਲ ਤਾਂ ਸੁਣ ਲੈ ਯਾਰ। ਕੀ ਗੱਲ ਸੁਣਾ ਤੇਰੀ, ਚੱਲ ਲੈ ਜਾਓ ਇਹਨੂੰ ਆਪਦੀ ਨੂੰ। ਚੱਲ ਲੱਗੇ ਨੇ ਬੋਲਣ ਸੈਂਡੀ, ਚੱਲ ਚੱਲ ਦਫਾ ਹੋ। ਦੇਖ ਪੁੱਤ, ਹੁਣ ਤੈਨੂੰ ਸਫਾਈ ਤਾਂ ਕਰਾਉਣੀ ਪਊਗੀ। ਨਹੀਂ ਮੰਮੀ, ਮੈਂ ਆਪਦਾ ਬੱਚਾ ਨਹੀਂ ਮਾਰਦੀ, ਮੈਂ ਇਹਨੂੰ ਪੜਾਉਂਗੀ, ਲਿਖਾਉਂਗੀ, ਵੱਡਾ ਕਰੂੰਗੀ, ਮੈਂ ਨਹੀਂ ਮਾਰਨਾ ਇਹਨੂੰ। ਬਾਪੂ, ਮੈਂ ਆਪਦਾ ਬੱਚਾ ਨਹੀਂ ਮਾਰਦੀ। ਤੈਨੂੰ ਹਜੇ ਵੀ ਸਮਝ ਨਹੀਂ ਆਈ, ਹੁਣ ਤਾਂ ਤੈਨੂੰ ਉਹਨੇ ਵੀ ਠੁਕਰਾਤਾ, ਮਾੜੀ ਮੋਟੀ ਸ਼ਰਮ ਤਾਂ ਕਰ ਲਾ। ਨਹੀਂ ਮੰਮੀ, ਮੈਂ ਆਪਦਾ ਬੱਚਾ ਨਹੀਂ ਮਾਰਦੀ। ਚੱਲ ਠੀਕ ਹੈ, ਜੇ ਤੂੰ ਆਪਣੇ ਮਨ ਦੀ ਮਰਜ਼ੀ ਕਰਨੀ ਹੈ ਨਾ, ਜੇ ਆਹ ਮਰਜ਼ੀਆਂ ਕਰਨੀਆਂ ਨੇ, ਫਿਰ ਤੇਰੀ ਇਸ ਘਰ ਵਿੱਚ ਕੋਈ ਥਾਂ ਨਹੀਂ। ਬਾਪੂ, ਮੰਮੀ, ਤੁਸੀਂ ਸਮਝਾਓ ਬਾਪੂ ਨੂੰ। ਮੈਂ ਕੀ ਸਮਝਾਵਾਂ ਉਹਨੇ। ਬਾਪੂ, ਮੰਮੀ ਤੁਸੀਂ ਸਮਝਾਓ, ਮੈਂ ਕੀ ਕਰੂੰਗੀ। ਚੱਕ ਬੈਗ। ਬਾਪੂ, ਨਿਕਲ ਮੇਰੇ ਘਰੋਂ। ਬਾਪੂ, ਚੱਕ, ਚੱਲ ਚੱਲ। ਬਾਪੂ, ਬਾਪੂ ਮੇਰੀ ਗੱਲ ਸੁਣੋ। ਬਾਪੂ, ਬਾਪੂ, ਬਾਪੂ ਮੇਰੀ ਗੱਲ ਸੁਣੋ। ਬਾਪੂ, ਬਾਪੂ ਗੇਟ ਖੋਲ, ਬਾਪੂ, ਬਾਪੂ ਗੇਟ ਖੋਲ ਦੇ। ਬਾਪੂ, ਮੈਂ ਕਿੱਥੇ ਜਾਊਂਗੀ? ਓਏ ਬਾਗ ਜਾ ਬਸ਼ਰਮੇ, ਕਿ ਸਾਨੂੰ ਮਾਰ ਕੇ ਮਰੇਗੀ, ਡਿੱਗ ਜਾ ਕਿਸੇ ਖੂਹ ਖਾਤੇ ਵਿੱਚ। ਬਾਪੂ, ਆਏ ਹੋਏ ਰੱਬਾ, ਆ ਕੀ ਹੋ ਗਿਆ ਮੇਰੇ ਨਾਲ? ਹੋਏ, ਮੈਂ ਪਿੰਡ 'ਚ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ। ਬਾਬੇ ਸ਼ਰਮੇ, ਮੈਂ ਤੈਨੂੰ ਕਹਿ ਰਿਹਾ ਤੂੰ ਵਗ ਜਾ, ਕਿਉਂ ਤੂੰ ਸਾਨੂੰ ਜਿਉਂਦਿਆਂ ਨੂੰ ਮਾਰੇਗੀ? ਅੰਕਲ ਜੀ, ਮਾਇਆ ਸੱਤਾ ਸੱਤਾ। ਗੇਟ ਖੋਲੋ। ਅੰਕਲ ਜੀ, ਕੀ ਹੋਇਆ? ਆਂਟੀ, ਅੰਕਲ ਕੀ ਹੋਇਆ, ਤੁਸੀਂ ਰੋ ਕਦੋਂ ਰਹੇ ਹੋ? ਕੀ ਦੱਸਾਂ ਪੁੱਤ, ਕੀ ਕੀਤਾ ਅੰਕਲ ਤੁਸੀਂ? ਉਹਨੂੰ ਮੈਂ ਮੋੜ ਕੇ ਲਿਆਉਣਾ? ਨਾ ਪੁੱਤ, ਉਹਨੂੰ ਮੋੜ ਕੇ ਨਾ ਲੈ ਕੇ, ਜੇ ਘਰੇ ਵੜ ਗਈ ਨਾ, ਉਹਨੂੰ ਮੈਂ ਜਾਨੋਂ ਮਾਰ ਦੂੰਗਾ, ਜਾਨੋਂ ਮਾਰ ਦੂੰ। ਸੱਤੇ ਪੁੱਤ, ਮੇਰੀ ਗੱਲ ਸੁਣ ਲੈ, ਮੈਂ ਉਹਦਾ ਮੂੰਹ ਦੇਖਣਾ, ਮੈਂ ਉਹਦਾ ਮੂੰਹ ਦੇਖਣਾ ਹੁਣ।
ਸਤਿ ਸ਼੍ਰੀ ਅਕਾਲ। ਆਪਣੇ ਆਪ ਨੂੰ ਸੰਭਾਲ, ਇਸ ਟਾਈਮ ਪ੍ਰੀਤ ਨੂੰ ਤੁਹਾਡੀ ਸਭ ਤੋਂ ਵੱਧ ਲੋੜ, ਜਿੰਨਾ ਮੇਰੇ ਤੋਂ ਹੋ ਸਕਿਆ ਮੈਂ ਕੀਤਾ। ਪੁੱਤ ਜਿੰਨਾ ਤੇਰੇ ਬਾਰੇ ਸੋਚਿਆ ਸੀ ਨਾ, ਤੂੰ ਉਸ ਤੋਂ ਵੱਧ ਕੇ ਨਿਕਲਿਆ। ਸ਼ਾਬਾਸ਼, ਧੰਨਵਾਦ ਆ ਪੁੱਤਾ ਤੇਰਾ, ਧੰਨਵਾਦ ਹੈ। ਸੈਂਡੀ, ਤੂੰ ਇੱਥੇ? ਅੰਕਲ ਜੀ, ਸੈਂਡੀ ਨੂੰ ਮੈਂ ਬੁਲਾਇਆ, ਇਹਨੂੰ ਆਪਣੇ ਕੀਤੇ 'ਤੇ ਬਹੁਤ ਪਛਤਾਵਾ, ਤੁਸੀਂ ਇਹਨੂੰ ਮਾਫ਼ ਕਰੋ। ਅੰਕਲ ਜੀ, ਮੈਨੂੰ ਮਾਫ਼ ਕਰ ਦਿਓ ਜੀ, ਮੈਨੂੰ ਨਾ ਆਪਦੀ ਗਲਤੀ ਦਾ ਅਹਿਸਾਸ ਹੋ ਗਿਆ, ਪਲੀਜ਼ ਮਾਫ਼ ਕਰ ਦਿਓ ਮੈਨੂੰ। ਚਲੋ ਜੇ ਤੂੰ ਆਪਣੀ ਗਲਤੀ ਮੰਨਦਾ ਨਾ, ਇਹ ਬਹੁਤ ਵੱਡੀ ਗੱਲ ਹੈ, ਤੈਨੂੰ ਮਾਫ਼ ਕੀਤਾ। ਪ੍ਰੀਤ, ਤੂੰ ਵੀ ਮੈਨੂੰ ਮਾਫ਼ ਕਰ ਦੇ, ਮੈਂ ਤੇਰਾ ਗੁਨਾਹਗਾਰ ਹਾਂ ਯਾਰ। ਅੰਕਲ ਜੀ, ਹੁਣ ਤੁਸੀਂ ਸਾਡਾ ਵਿਆਹ ਕਰਾ ਦਿਓ ਜੀ। ਸਹੀ ਕਰਿਆ ਜੀ, ਮਾਰਕਾਂ ਫਿਰ ਤੈਨੂੰ। ਠੀਕ ਹੈ ਸੈਂਡੀ ਭਾਈ, ਤੈਨੂੰ ਵੀ ਬਹੁਤ ਬਹੁਤ ਮੁਬਾਰਕ। ਠੀਕ ਹੈ ਜੀ, ਮੈਂ ਚੱਲ। ਸੱਤੇ, ਇੱਕ ਮਿੰਟ ਮੇਰੀ ਗੱਲ ਸੁਣ, ਮੈਂ ਇਹਨੂੰ ਮਾਫ਼ ਤਾਂ ਕਰਤਾ, ਪਰ ਮੈਂ ਇਹਦੇ ਨਾਲ ਵਿਆਹ ਨਹੀਂ ਕਰਾਉਣਾ। ਕਿਉਂ ਪ੍ਰੀਤ, ਤੂੰ ਮੇਰੇ ਨਾਲ ਵਿਆਹ ਕਿਉਂ ਨਹੀਂ ਕਰਾਉਣਾ? ਨਾਲੇ ਇਹ ਆਪਣਾ ਬੱਚਾ ਹੈਗਾ ਯਾਰ। ਤੇਰਾ ਬੱਚਾ? ਇਹ ਤੇਰਾ ਬੱਚਾ ਨਹੀਂ, ਇਹ ਮੇਰਾ ਬੱਚਾ। ਤੇਰੇ ਲਈ ਤਾਂ ਇਹ ਉਦੀ ਮਰ ਗਿਆ ਸੀ ਜਿੱਦੇ ਤੂੰ ਕਿਹਾ ਸੀ ਇਹਨੂੰ ਸਾਫ਼ ਕਰਾ ਦੇ। ਨਾ ਰੀਤਾ, ਐਂ ਕਿਉਂ ਕਰਦੀ ਆ, ਤੂੰ ਪਿਓ ਦਾ ਨਾਮ ਨਹੀਂ ਦੇਵੇਂਗੀ ਇਸ ਬੱਚੇ ਨੂੰ? ਮੰਮੀ, ਨਾ ਤਾਂ ਮੈਂ ਇਹਨੂੰ ਦੇਣਾ ਚਾਹੁੰਦੀ ਹਾਂ, ਪਰ ਮੈਂ ਇਹਨੂੰ ਨਾ ਉਹਦਾ ਹੀ ਦੇਵਾਂਗੀ ਜਿਹੜਾ ਦੁੱਖ ਸੁੱਖ 'ਚ ਹਮੇਸ਼ਾ ਮੇਰੇ ਨਾਲ ਖੜਿਆ। ਪ੍ਰੀਤ, ਉਹ ਯਾਰ ਮੈਨੂੰ ਘੰਟਾ ਹੋ ਗਿਆ ਤੈਨੂੰ ਲੱਭਦੇ ਫਿਰਦੇ ਨੂੰ, ਤੇ ਤੂੰ ਇੱਥੇ ਮਿਲੀ ਆ, ਤੇਰੇ ਘਰੇ ਜਾ ਕੇ ਆਇਆ ਮੈਂ। ਸੱਤੇ, ਤੈਨੂੰ ਕੁਛ ਨਹੀਂ ਪਤਾ, ਤੂੰ ਚੱਲ ਜਾ ਇੱਥੋਂ। ਉਹ ਮੈਨੂੰ ਸਭ ਕੁਛ ਪਤਾ, ਮੈਂ ਘਰੇ ਗਿਆ ਸੀ, ਅੰਕਲ ਨੇ ਸਭ ਕੁਛ ਦੱਸਤਾ ਮੈਨੂੰ। ਤੂੰ ਚੱਲ ਮੇਰੇ ਨਾਲ। ਨਹੀਂ ਸੱਤੇ, ਮੈਂ ਘਰੇ ਨਹੀਂ ਜਾ ਸਕਦੀ, ਜੇ ਮੈਂ ਘਰੇ ਭੱਗ ਗਈ ਸਾਡੇ ਘਰੇ ਕੋਈ ਨਾ ਕੋਈ ਮਰ ਜੂ। ਉਹ ਤੈਨੂੰ ਮੈਂ ਤੇਰੇ ਘਰੇ ਨਹੀਂ ਕਹਿ ਰਿਹਾ, ਤੈਨੂੰ ਮੈਂ ਮੇਰੇ ਘਰੇ ਕਹਿ ਰਿਹਾ, ਮੇਰੇ ਨਾਲ ਚੱਲ। ਕਿਉਂ ਨਹੀਂ ਜਾ ਸਕਦੀ ਮੇਰੇ ਘਰੇ? ਯਾਰ ਤੈਨੂੰ ਪਤਾ ਤਾਂ ਹੈਗਾ, ਦੇਖ ਘਰੇ ਕੋਈ ਨਹੀਂ ਹੈਗਾ, ਬਾਪੂ ਬਾਹਰੇ ਜੋਬ ਕਰਦੇ। ਉਹ ਪਰ ਪੁਰ ਕੁਝ ਨਹੀਂ ਯਾਰ, ਪਹਿਲਾਂ ਵੀ ਤਾਂ ਮੇਰੇ ਨਾਲ ਰਹਿੰਦੀ ਸੀ ਘਰੇ। ਚੱਲ ਚੱਕ ਬੈਗ। ਬੈਠ ਇੱਥੇ, ਮੈਂ ਪਾਣੀ ਲੈ ਕੇ ਆਉਂਦਾ ਤੇਰੇ ਵਾਸਤੇ। ਅਲਾ ਪ੍ਰੀਤ, ਪਾਣੀ ਪੀ। ਕੋਈ ਨਾ ਪ੍ਰੀਤ, ਤੂੰ ਟੈਨਸ਼ਨ ਨਾ ਲੈ, ਮੈਂ ਸੈਂਡੀ ਨਾਲ ਗੱਲ ਕਰਕੇ ਨਾ ਸਾਰਾ ਕੁਛ ਠੀਕ ਕਰ ਦੂੰਗਾ। ਸੱਤੇ, ਹੁਣ ਕੁਛ ਨਹੀਂ ਠੀਕ ਹੋਣਾ, ਉਹਨੇ ਮੈਨੂੰ ਠੁਕਰਾ ਤਾ,
ਨਾਲੇ ਤੂੰ ਆ ਸਾਰਾ ਕੁਝ ਕਿਉਂ ਕਰ ਰਿਹਾ? ਜੋ ਮੈਨੂੰ ਚੰਗਾ ਲੱਗਦਾ ਮੈਂ ਉਹ ਕਰ ਰਿਹਾ। ਮੈਂ ਕਰਦਾ ਸੈਂਟੀ ਨਾਲ ਗੱਲ, ਪਾਣੀ ਪੀ ਲਾ ਤੂੰ। ਹੈਲੋ ਸੈਂਡੀ ਬਾਈ। ਹਾਂ ਬਾਈ ਕੌਣ? ਮੈਂ ਸੱਤਾ ਬੋਲ ਰਿਹਾ ਬਾਈ। ਸੱਤਾ ਕੌਣ ਬਾਈ? ਪ੍ਰੀਤ ਦਾ ਦੋਸਤ। ਅੱਛਾ ਹਾਂ ਬੋਲੋ ਬਾਈ। ਬਾਈ ਯਾਰ ਤੁਸੀਂ ਪ੍ਰੀਤ ਨਾਲ ਵਿਆਹ ਕਰਵਾ ਲਓ ਨਾ ਯਾਰ। ਪ੍ਰੀਤ ਨਾਲ ਵਿਆਹ ਕਰਾਣਾ? ਕੋਈ ਨਾ ਕਿਹੜੀ ਮੋਨਾ ਵਿਆਹ ਕਰਾਣਾ ਮਰ। ਉਹ ਬਾਈ ਤੁਸੀਂ ਯਾਰ ਇੱਕ ਦੂਜੇ ਨੂੰ ਪਿਆਰ ਕਰਦੇ ਹੋ ਯਾਰ। ਕਿਹੜਾ ਪਿਆਰ ਬਾਈ? ਮੈਂ ਕੋਈ ਪਿਆਰ ਤੁਹਾਨੂੰ ਨਹੀਂ ਕਰਦਾ ਇਹਨੂੰ। ਬਾਈ ਮੇਰੀ ਹੱਥ ਬੰਨ ਕੇ ਬੇਨਤੀ ਹੈ ਇਸ ਹਾਲਤ 'ਚ ਉਹਨੂੰ ਨਾ ਛੱਡ। ਇਹ ਪ੍ਰੈਗਨੈਂਟ ਆ, ਤੈਨੂੰ ਵੀ ਪਤਾ ਸੀ ਗੱਲ ਦਾ। ਉਹ ਬਾਈ ਗੱਲ ਤਾਂ ਸੁਣ ਮੇਰੀ ਯਾਰ। ਹੈਲੋ ਤਾਂ ਫੋਨ ਕੱਟ ਗਿਆ ਯਾਰ। ਕਹਿੰਦਾ ਮੈਨੂੰ ਨਹੀਂ ਪਤਾ ਇਹਦੇ ਪਿੰਡ 'ਚ ਕਿਹਦਾ ਜਵਾਕ। ਸੱਤੇ ਉਹਨੇ ਮੈਨੂੰ ਪ੍ਰਪੋਜ਼ ਕੀਤਾ ਸੀ, ਉਹਨੇ ਮੈਨੂੰ ਬੁਲਾਇਆ ਸੀ, ਮੈਂ ਕਿਹੜਾ ਆਪਦੀ ਮਰਜ਼ੀ ਨਾਲ ਗਈ ਸੀ। ਉਹ ਕਮਲੀਓ ਤੁਸੀਂ ਤਾਂ ਨਾ ਮਾੜੇ ਜਿਹੇ ਮੁੰਡੇ ਦੀ ਸਮੈਲ 'ਤੇ ਡੁੱਲ ਜਾਣੀ। ਉਹਨੇ ਬਸ ਹੱਸ ਕੇ ਦੋ ਮਿੰਟ ਗੱਲ ਕਰ ਲਈ ਕਿ ਮੁੰਡਾ ਚੰਗਾ। ਤੁਹਾਨੂੰ ਨਹੀਂ ਪਤਾ ਇਹ ਦਰਿੰਦਿਆਂ ਦਾ, ਇਹ ਕੁੜੀ ਦੇ ਜਿਸਮ ਤੱਕ ਸਹਿਮਤ ਹੁੰਦੇ ਨੇ। ਸੱਤੇ ਮੈਨੂੰ ਕਿਹੜਾ ਪਤਾ ਸੀ ਯਾਰ ਵੀ ਉਹ ਐਂ ਨਿਕਲੂਗਾ। ਚੱਲ ਹੁਣ ਪਤਾ ਲੱਗ ਗਿਆ ਨਾ। ਚੱਲ ਜੋ ਹੋਣਾ ਸੀ ਹੋ ਗਿਆ ਬਾਈ, ਟੈਨਸ਼ਨ ਨਾ ਲੈ। ਤੂੰ ਬੈਠ, ਮੈਂ ਤੇਰੇ ਲਈ ਰੋਟੀ ਬਣਾ ਕੇ ਲੈ ਕੇ ਆਉਣਾ। ਬੈਠੋ ਪ੍ਰੀਤ, ਆਹ ਦਵਾਈ ਫੜੋ, ਮੈਂ ਪਾਣੀ ਲੈ ਕੇ ਆਉਣਾ। ਪ੍ਰੀਤ ਮਨ ਦੀ ਗੱਲ ਨੀ ਯਾਰ, ਆਪਣੇ ਬਾਰੇ ਨਾ ਸਹੀ, ਘੱਟੋ ਘੱਟ ਬੱਚੇ ਵਰਗਾ ਸੋਚ ਲੈ ਜਿਹੜਾ ਤੇਰੇ ਪੇਟ ਚ ਪੜ ਰਿਹਾ। ਜਿੱਦ ਨਾ ਕਰ ਪ੍ਰੀਤ, ਆ ਫੜ। ਗੁੱਡ ਗੱਲ। ਹੁਣ ਰੈਸਟ ਕਰ, ਤੇਰੇ ਲਈ ਮੈਂ ਕੁਝ ਖਾਣ ਨੂੰ ਬਣਾਉਣਾ, ਠੀਕ ਹੈ? ਆ ਪਾਣੀ ਨੀਚੇ ਕਰ ਦਿੰਦੇ। ਲੈ ਪੱਖਾ ਵੀ ਬਾਹਰੇ ਪਿਆ। ਪ੍ਰੀਤ ਕੀ ਹੋਇਆ ਤੈਨੂੰ? ਖੜੀ ਹੋ ਆਰਾਮ ਨਾਲ, ਮੰਜੇ ਤੇ ਬੈਠ।
ਕੀ ਕਰਦੀ ਸੀ? ਤੈਨੂੰ ਕਿੰਨੇ ਵਾਰੀ ਕਿਹਾ ਵੀ ਧਿਆਨ ਰੱਖਾ ਕਰਬ ਦਾ, ਕੀ ਕਰਦੀ ਸੀ ਉੱਥੇ? ਕੁਛ ਨੀ ਯਾਰ, ਪੱਖਾ ਸਾਈਡ ਤੇ ਕਰਦੀ ਸੀ। ਭਾਜਾ ਤੂੰ ਆਰਾਮ ਨਾਲ ਕਰਦੀ ਸੀ ਪੱਖਾ ਹੁਣ ਤੇ। ਮੈਂ ਪਾਣੀ ਲਗਾਉਣ ਤੇਰੇ ਵਾਸਤੇ। ਸੱਤਾ ਮੇਰੀ ਕਿੰਨੀ ਕੇਅਰ ਕਰਦਾ, ਜੇ ਮੈਂ ਸੈਂਡੀ ਦੀ ਜਗ੍ਹਾ ਤੇ ਇਹਨੂੰ ਪਿਆਰ ਕੀਤਾ ਹੁੰਦਾ ਤਾਂ ਅੱਜ ਮੇਰੇ ਨਾਲ ਆਹ ਕੁਛ ਨਾ ਹੁੰਦਾ। ਪਰ ਮੈਨੂੰ ਪਤਾ ਇਹ ਮੈਨੂੰ ਅੱਜ ਵੀ ਓਨਾ ਹੀ ਪਿਆਰ ਕਰਦਾ। ਮਾਂ, ਜਿਸ ਇਨਸਾਨ ਨੇ ਮੇਰੇ ਪੇਟ 'ਚ ਕਿਸੇ ਹੋਰ ਦਾ ਬੱਚਾ ਹੁੰਦੇ ਹੋਏ ਵੀ ਮੇਰੀ ਇੰਨੀ ਕੇਅਰ ਕੀਤੀ, ਉਹ ਕੋਈ ਹੋਰ ਨਹੀਂ, ਉਹ ਸੱਤਾ ਵਾਂ, ਸੱਤਾ। ਸੱਤੇ, ਤੂੰ ਮੇਰੇ ਨਾਲ ਵਿਆਹ ਕਰਾਏਂਗਾ? ਪਰ ਰੀਤ ਯਾਰ, ਓਏ ਪਰ ਪੁਰ ਕੀ, ਨਿਕਲ ਮੇਰੇ ਘਰੋਂ, ਕੀ ਦੇਖਦਾ ਹੈ? ਹਾਂ ਸੱਤੇ, ਹਾਂ ਪੁੱਤੇ ਸਹੀ ਕਹਿ ਰਹੀ ਹੈ, ਤੂੰ ਇਹਨੂੰ ਸਮਝਦਾ ਹੈ, ਇਹ ਤੈਨੂੰ ਸਮਝ ਨਹੀਂ ਆ। ਆ ਜਾ ਪੁੱਤ, ਮੈਂ ਬਹੁਤ ਖੁਸ਼ ਹਾਂ ਪੁੱਤ, ਜਿਉਂਦੇ ਰਹੋ।